ਵੱਧ ਰਹੇ ਜ਼ੁਲਮ ਨੂੰ ਠੱਲਣ ਅਤੇ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਫੜਨ ਲਈ ਹੁਣ ਪੁਲਿਸ ਦੀ ਤੀਸਰੀ ਅੱਖ ਬਣੇ ਨੇ 59 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ। ਇਹਨਾਂ ਸੀਸੀਟੀਵੀ ਕੈਮਰਿਆਂ ਲਈ ਗ੍ਰਾਂਟ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਜਾਰੀ ਕੀਤੀ ਹੈ। ਕੈਮਰਿਆਂ ਰਾਹੀਂ ਸ਼ਹਿਰ ਤੇ ਨਿਗਰਾਨੀ ਰੱਖਣ ਲਈ ਪੁਲਿਸ ਵੱਲੋਂ ਇੱਕ ਕੰਟਰੋਲ ਰੂਮ ਵੀ ਤਿਆਰ ਕੀਤਾ ਗਿਆ। ਸ਼ਹਿਰ ਦੇ ਹਰ ਕੋਨੇ ਅਤੇ ਚੁਰਾਹੇ ਵਿੱਚ ਕੈਮਰੇ ਲਗਾਏ ਜਾ ਰਹੇ ਨੇ। ਕੈਮਰੇ ਜਿਹਦਾ ਦੂਜੇ ਫੇਸ ਦਾ ਉਦਘਾਟਨ ਕੀਤਾ ਗਿਆ, ਇਹਦੇ ਵਿੱਚ ਥਾਣਾ ਮਾਡਲ ਟਾਊਨ ਦੇ ਅੰਦਰ ਕੰਟਰੋਲ ਰਹੇਗਾ ਅਤੇ ਇਹਦੇ 'ਚ ਲੋਕੇਸ਼ਨ ਹੈਗੀਆਂ ਕਿੰਨੀਆਂ ਮੈਡਮ ਟੋਟਲ ਇਹਦੇ 6 ਜਿਹੜੀਆਂ ਲੋਕੇਸ਼ਨ ਕਵਰ ਕੀਤੀਆਂ ਗਈਆਂ, ਗੌਰਮੈਂਟ ਕਾਲਜ ਚੌਂਕ, ਪ੍ਰਭਾਤ ਚੌਂਕ, ਇੱਦਾਂ ਹੀ ਰਾਮਗੜੀਆ ਚੌਂਕ, ਇਹ ਸਾਰੇ ਚੌਂਕ ਇਹਦੇ 'ਚ ਕਵਰ ਕੀਤੇ ਗਏ। ਮੇਨ ਮਕਸਦ ਸੀ ਕਿ ਐਕਸੀਡੈਂਟ ਰੋਕ ਸਕਣ, ਸੈਕਿੰਡ ਕ੍ਰਾਈਮ ਜਿਹੜਾ ਹੈ ਛੋਟੀ ਮੋਟਾ ਕ੍ਰਾਈਮ ਹੁੰਦਾ ਉਹਦਾ ਸਾਹਮਣੇ ਪੁਲਿਸ ਉਹਨੂੰ ਕੰਟਰੋਲ ਕਰ ਸਕੇ, ਪੁਲਿਸ ਦੀ ਸਹਾਇਤਾ ਲਈ ਸ਼ਹਿਰ ਨੂੰ ਅਮਨ ਔਰ ਲਾਅ ਐਂਡ ਆਰਡਰ ਨੂੰ ਠੀਕ ਰੱਖਣ ਦੇ ਲਈ ਇਹ ਜਿਹੜੇ ਸਹਾਇਕ ਸਿੱਧ ਹੋਣਗੇ, ਸੈਕਿੰਡ ਐਕਸੀਡੈਂਟ ਰੁਕਣਗੇ, ਪੂਰਾ ਕੰਟਰੋਲ ਜਿਹੜਾ ਹੈ ਪੁਲਿਸ ਦਾ ਇਹਨਾਂ 'ਤੇ ਰਹੇਗਾ। ਮਤਲਬ ਇਹਦੇ 'ਤੇ 59 ਲੱਖ ਰੁਪਇਆ ਖਰਚ ਆਇਆ ਹੈ, 75 ਇਹਦੇ ਕੈਮਰਾ ਲੱਗੇ ਨੇ ਔਰ ਬਾਕੀ ਜਿਹੜਾ ਉਹਦੇ ਲਈ ਵੀ ਮੈਂ ਡਿਪਟੀ ਕਮਿਸ਼ਨਰ ਮੈਡਮ ਨੂੰ ਕਿਹਾ ਹੈਗਾ ਕਿ ਜਿੱਥੇ ਤੁਹਾਨੂੰ ਹੋਰ ਕਿਤੇ ਰਿਕੁਆਇਰਮੈਂਟ ਹੈ, ਤੁਸੀਂ ਹੋਰ ਕਿਤੇ ਲਗਾਉਣਾ ਚਾਹੁੰਦੇ ਹੋ ਉਹ ਵੀ ਅਸੀਂ ਲਗਾਉਣਾ ਉਹਦੀ ਵੀ ਮਤਲਬ ਗ੍ਰਾਂਟ ਦੇਵਾਂਗੇ ਕਿ ਪੂਰੇ ਸ਼ਹਿਰ ਨੂੰ ਜਿਹੜਾ ਆਪਾਂ ਇਹਨੂੰ ਕਵਰ ਕਰ ਸਕੀਏ। ਸ਼ਹਿਰ ਵਿੱਚ ਕੈਮਰੇ ਲਗਾਉਣ ਦਾ ਕੰਮ ਵੱਖ ਵੱਖ ਪੜਾਅ ਤਹਿਤ ਕੀਤਾ ਜਾਣਾ। ਸੁੰਦਰ ਸ਼ਾਮ ਅਰੋੜਾ ਨੇ ਬਿਆਨ ਵਿੱਚ ਕਿਹਾ ਕਿ ਛੋਟੇ ਮੋਟੇ ਅਪਰਾਧ ਰੋਕਣ ਵਿੱਚ ਇਹ ਕੈਮਰੇ ਪੁਲਿਸ ਦੇ ਸਹਾਇਕ ਬਣਨਗੇ। ਹੁਸ਼ਿਆਰਪੁਰ ਤੋਂ ਸੁਨੀਲ ਲਾਖਾ ਅਤੇ ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਮਨਮਰਜ਼ੀ ਦਾ ਕਾਲਜ ਚੁਣਨਾ ਚਾਹੁੰਦੇ ਹੋ, ਮਈ ਔਰ ਸਪਤੰਬਰ 2020 ਦੇ ਸੈਸ਼ਨ ਲਈ ਟਾਈਮ ਸਿਰ ਦਾਖਲਾ ਅਪਲਾਈ ਕਰਨ ਦਾ, ਜਿਹੜੇ ਬੱਚੇ ਲਾਇਕ ਹੈ, ਨੰਬਰ ਚੰਗੇ ਹੈ, ਉਹਨਾਂ ਨੂੰ $5,000 ਤੱਕ ਦੀ ਸਕਾਲਰਸ਼ਿਪ ਵੀ ਮਿਲ ਸਕਦੀ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਅਪਲਾਈ ਕਰੋ, ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।